ਸਾਨੂੰ ਤਾਂ ਐਂ ਲੱਗਦਾ ਜਿਵੇਂ ਸਰਕਾਰ ਨਾ ਜਿਵੇਂ ਉੱਜੜੇ ਨਹੀਂ ਪਏ ਜਾਂਦੇ ਆਪਾਂ ਰਸਤਾ ਨਹੀਂ ਲੱਭਦਾ ਕਿ ਜੰਗਲ 'ਚ ਵੜ ਜਾਈਏ ਅਤੇ ਕੋਈ ਰਾਹ ਦਾ ਨਾ ਪਤਾ ਹੋਵੇ ਅਤੇ ਉਹ ਕਦੀ ਐਂ ਟੁਰ ਗਿਆ 4 ਮੀਲ ਕਦੀ 4 ਮੀਲ ਐਂ ਟੁਰ ਗਿਆ ਇੱਦਾਂ ਦਾ ਕੰਮ ਬਣਿਆ ਖੜਾ ਜਦੋਂ ਪੰਚਾਇਤਾਂ ਦਾ ਪਤਾ ਇਹਨਾਂ ਨੂੰ ਕਿ ਭੰਗ ਕਰਕੇ ਇਹ ਗਲਤ ਕੰਮ ਹੋ ਜੂਗਾ ਪਹਿਲਾਂ ਕਿਉਂ ਨਹੀਂ ਵਿਚਾਰਿਆ ਗਲਤੀ ਸਰਕਾਰ ਦੀ ਗਾਜ ਅਫਸਰਾਂ 'ਤੇ ਡਿੱਗ ਪਈ ਗਾਜ ਅਫਸਰਾਂ 'ਤੇ ਡਿੱਗੀ ਹੈ ਨਾ ਅਫਸਰਾਂ ਨੇ ਨਹੀਂ ਭੰਗ ਕੀਤੀਆਂ पहले सीएम जिहड़े ने उन्हां दे खिलाफ बोलण दी बजाए उन्हां कोलों थोड़ी कनी जाच सिख लेनी चाहिए ਵਾਲਿਆਂ ਨੇ ਤਾਂ ਕੰਮ ਹੀ ਖਰਾਬ ਕੀਤਾ ਉਹਨਾਂ ਤੋਂ ਕੀ ਸਿੱਖਾਂਗੇ ਬਿਲਕੁਲ ਨਹੀਂ ਜੋ ਉਹਨਾਂ ਤੋਂ ਸਿੱਖ ਲੈਂਦੇ ਜੇ ਤੇ ਆ ਕਦੀ ਇਹਨਾਂ ਨੂੰ ਯੂ-ਟਰਨ ਮਾਰਨ ਦੀ ਲੋੜ ਨਹੀਂ ਬੈਕ ਗੇਅਰ ਲਾਉਣ ਦੀ ਲੋੜ ਨਹੀਂ ਸੀ ਪੈਣੀ ਚਲੋ ਤੁਹਾਨੂੰ ਕਲਮ ਨਹੀਂ ਦੇਣੀ ਫਿਰ ਨਵਿਆਂ ਨੂੰ ਦਿਆਂਗੇ ਹੁਣ ਜਾਂ ਤਾਂ ਇੱਕ ਕੰਮ ਕਰ ਦੇਣ ਮੈਂ ਗੱਲ ਕਹਿੰਦਾ ਭਗਵੰਤ ਮਾਨ ਨੂੰ ਜੇ ਕਹਿੰਦਾ ਮੈਂ ਕਰਨਾ ਚਾਹੁੰਦਾ ਜਾਂ ਤਾਂ ਕਰ ਦੇਵੇ ਫਿਰ ਉਹਨੇ ਜਿਹੜੇ ਸਾਰਿਆਂ ਨੂੰ ਆਖਣ ਜਾਓ ਕਰੋ ਕਰੀ ਇੱਕ ਰਿਕਾਰਡ ਬਣ ਜੂਗਾ ਵੀ ਫਿਰ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਜਿਹੜੀ 5 ਏਕੜ ਦੀ ਸ਼ਰਤ ਸਰਕਾਰਾਂ ਨੇ ਲਾਈ ਉਹ ਗਲਤ ਹੈ ਬਿਲਕੁਲ ਜੇ ਕਿਸੇ ਨੇ 20 ਕਿੱਲੇ ਲਾਏ ਨੇ ਕਈਆਂ ਕਈ ਕਈ ਇਹੋ ਜਿਹੇ ਪਰਿਵਾਰ ਨੇ 40-40 50-50 ਕਿੱਲੇ ਠੇਕੇ ਦੇ ਲੈ ਕੇ ਕਰਦੇ ਆ ਤੁਹਾਨੂੰ 5 ਏਕੜ ਦਾ ਸਰਕਾਰ ਮੁਆਵਜ਼ਾ ਦੇਊਗੀ ਤਾਂ ਕਿੱਧਰ ਜਾਊਗਾ ਉਹ ਮਰੇਗਾ ਨਾ ਫਿਰ ਉਹ ਫਾਇਲ ਲਏਗਾ ਹਨਾ संयुक्त किसान मोर्चे ने व्योतबंदी की बनाई है अगला प्लान की है किहड़े एजेंडे विचार चर्चा हुई है ते कौमी पद्धर ते पंजाब सूबे पद्धर ते इन्हां दी की रणनीति रहन वाली है केंद्र सरकार ते पंजाब सरकार तो लैना की चाहुंदा है संयुक्त किसान मोर्चा ये अहम सवाल है इस वक्त किसान आगू बूटा सिंह शादीपुर साढ़े नाल ने उन्हां नाल असीं गलबात करते हैं शादीपुर साहब चर्चावां पहलां भी बहुत है गल्लां पहलां भी बहुत है किसान जथेबंधियां आपो अपने पद्धर दे उत्ते मंच बना के लगियां होईयां पर सवाल आउंदा संयुक्त किसान मोर्चे च बहु देखो अज जी नैशनल बॉडी की मीटिंग सी चंडीगढ़ रखी पंजाब दे विच उहदा कारण सीगा कि पंजाब दे विच हरियाणे दे विच कुछ होर स्टेटां दे विच भी हड़ां ने बहुत वड्डी तबाही मचाई हुई है ते उहदे विच अज जो साडा फैसला होया ਬਈ ਇੱਕ ਤਾਂ ਉਹਦੇ ਵਿੱਚ ਜਿਹੜੀ 5 ਏਕੜ ਦੀ ਸ਼ਰਤ ਸਰਕਾਰਾਂ ਨੇ ਲਾਈ ਉਹ ਗਲਤ ਹੈ ਬਿਲਕੁਲ ਜੇ ਕਿਸੇ ਨੇ 20 ਕਿੱਲੇ ਲਾਏ ਨੇ ਕਈ ਇਹੋ ਜਿਹੇ ਪਰਿਵਾਰ ਨੇ 40-40 50-50 ਕਿੱਲੇ ਠੇਕੇ ਦੇ ਲੈ ਕੇ ਕਰਦੇ ਆ ਤੁਹਾਨੂੰ 5 ਏਕੜ ਦਾ ਸਰਕਾਰ ਮੁਆਵਜ਼ਾ ਦੇਊਗੀ ਤਾਂ ਕਿੱਧਰ ਜਾਊਗਾ ਉਹ ਮਰੇਗਾ ਨਾ ਫਿਰ ਉਹ ਫਾਇਲ ਹੈਗਾ ਹਨਾ ਇਸ ਕਰਕੇ ਸਰਕਾਰ ਨੂੰ ਇੱਕ ਤਾਂ ਖਤਮ ਕਰ ਦੇਣੀ ਚਾਹੀਦੀ ਹੈ ਇੱਕ ਇਹਨੂੰ ਕੁਦਰਤੀ ਆਹ ਮੰਨ ਕੇ ਇਹ ਕੁਦਰਤੀ ਵੀ ਨਹੀਂ ਇਕੱਲੀ ਹੈਗੀ ਇਹ ਜਿਹੜੇ ਆਫੀਸਰ ਸ਼ਾਹੀ ਹੈ ਉਹਨਾਂ ਦੀਆਂ ਕਮੀਆਂ ਨੇ ਸਰਕਾਰਾਂ ਦੀਆਂ ਕਮੀਆਂ ਨੇ ਜਿਨ੍ਹਾਂ ਨੇ ਸਫਾਈਆਂ ਨਹੀਂ ਕੀਤੀਆਂ ਇਹ ਦੋਵਾਂ ਨੂੰ ਮਿਲਾ ਕੇ ਕੁਦਰਤੀ ਆਫ ਮੰਨ ਕੇ ਇਹਨੂੰ ਕੁਦਰਤੀ ਆਫ ਤੇ 100% ਮੁਆਵਜ਼ਾ ਇਸ ਖਰਾਬੇ ਦਾ ਸਰਕਾਰਾਂ ਨੂੰ ਦੇਣਾ ਚਾਹੀਦਾ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਉਹ ਸਟੇਟ ਸਰਕਾਰਾਂ ਨੇ 100% ਮੁਆਵਜ਼ਾ ਜਿਹੜਾ ਇਹਦੇ ਵਿੱਚ ਉਹਨਾਂ ਨੂੰ ਦੇਣਾ ਚਾਹੀਦਾ ਇੱਕ ਤਾਂ ਮੇਨ ਮੁੱਦਾ ਇਹਦਾ ਇਹ ਸੀਗਾ ਉੱਧਰ ਵੀ ਮੈਨੂੰ ਲੱਗਦਾ ਆਵਾਜ਼ ਆ ਰਹੀ ਸਾਡੀ ਤੇ ਇੱਕ ਤਾਂ ਮੇਨ ਮੁੱਦਾ ਸਾਡਾ ਇਹ ਸੀਗਾ ਦੂਜਾ ਲਖੀਮਪੁਰ ਖੀਰੀ ਵਾਲਾ ਸੀਗਾ ਲਖੀਮਪੁਰ ਖੀਰੀ ਵਾਲੇ ਜਿਹੜੇ ਉਹਨਾਂ ਦੀ ਸ਼ਾਤਾਂ ਹੋਈਆਂ ਜਿਨ੍ਹਾਂ ਦੀਆਂ ਔਰ ਜਿਹੜੇ ਵਜ਼ੀਰ ਨੇ ਉੱਥੇ ਟਹਿਣੀ ਹੋਣੀ ਉਹ ਅਜੇ ਵੀ ਮਤਲਬ ਆਪਣਾ ਵਜ਼ੀਰੀ ਦਾ ਆਨੰਦ ਮਾਣ ਰਹੇ ਨੇ ਅਤੇ ਉਹ ਲੋਕ ਉਜਾੜ ਕੇ ਰੱਖਦੇ ਉਹਨਾਂ ਨੇ ਅੱਜ ਤੱਕ ਸਰਕਾਰ ਨੇ ਉੱਧਰ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਉਹਨਾਂ ਦੀ 3 ਅਕਤੂਬਰ ਦੀ ਜਿਹੜੀ ਬਰਸੀ ਹੈ ਉਹਦੇ ਉੱਤੇ ਸਾਰੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਉਸ ਦਿਨ ਨੂੰ ਕਾਲੇ ਝੰਡੇ ਲਗਾ ਕੇ ਟਹਿਣੀ ਮਿਸ਼ਰਾ ਜਿਹੜਾ ਉਹਦੇ ਪੁਤਲੇ ਫੂਕੇ ਜਾਣਗੇ ਔਰ ਹੈੱਡਕੁਆਟਰਾਂ 'ਤੇ ਦਿੱਤੇ ਜਾਣਗੇ ਮੰਗ ਪੱਤਰ ਅਤੇ 3 ਘੰਟੇ ਘੱਟੋ ਘੱਟ ਉੱਥੇ ਘੇਰੇ ਜਾਣਗੇ DC ਔਫਿਸ ਜਿਹੜੇ ਨੇ ਅਤੇ ਮੋਦੀ ਜੀ ਦੇ ਵੀ ਨਾਲ ਨਾਲ ਮੋਦੀ ਦਾ ਅਤੇ ਟਹਿਣੀ ਮਿਸ਼ਰਾ ਦੇ ਪੁਤਲੇ ਫੂਕੇ ਜਾਣਗੇ ਉਸ ਦਿਨ ਸ਼ਾਦੀਪੁਰ ਸਾਹਿਬ ਸਵਾਲ ਇਹ ਹੈ ਕਿ ਇੰਨਾ ਸਮਾਂ ਹੋ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀ ਕਮਜ਼ੋਰੀ ਹੈ ਕਿ ਕਾਰਵਾਈ ਨਹੀਂ ਕਰਵਾ ਸਕੇ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਨਹੀਂ ਕਰਵਾ ਸਕੇ ਜਾਂ ਵਜ੍ਹਾ ਕੋਈ ਹੋਰ ਹੈ ਅਸਲ ਦੇ ਵਿੱਚ ਚਲੋ ਇਹ ਕਈ ਗੱਲਾਂ ਹੁੰਦੀਆਂ ਨੇ ਜੇ ਕਮਜ਼ੋਰੀ ਤਾਂ ਨਹੀਂ ਕਿਸੇ ਦੀ ਵੀ ਹੈਗੀ ਇਹਦੇ ਵਿੱਚ ਆਪਾਂ ਮੰਨ ਸਕਦੇ ਕਮਜ਼ੋਰੀ ਨਹੀਂ ਇਹ ਚਾਰਾ ਜੋ ਚੱਲ ਰਹੀ ਅੱਗੋ ਸਰਕਾਰਾਂ ਕਈ ਵਾਰ ਅੜੀਅਲ ਹੁੰਦੀਆਂ ਨੇ ਆਪਾਂ ਨੂੰ ਪਤਾ ਜਦੋਂ ਕਾਲੇ ਕਾਨੂੰਨ ਆਏ ਨੇ ਉਹਦੇ ਵਿੱਚ ਵੀ ਲੋਕਾਂ ਦੀ ਇਹੋ ਹੀ ਰਾਏ ਜ਼ਿਆਦਾ ਆਉਂਦੀ ਹੁੰਦੀ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਹੁਤ ਅੜੀਅਲ ਆ ਔਰ ਤੱਕੜ ਹੈ ਔਰ ਉਹਦੇ ਕੋਲ ਬਹੁ ਸੰਮਤੀ ਉਹ ਮੰਨੇਗਾ ਨਹੀਂ ਅਤੇ ਉਹ ਫਿਰ ਜਦੋਂ ਸਾਰਾ ਦੇਸ਼ ਇਕੱਠਾ ਹੋ ਗਿਆ ਹਰ ਵਰਗ ਉਹਦੇ ਨਾਲ ਜੁੜ ਗਿਆ ਹਰ ਵਰਗ ਦੀਆਂ ਭਾਵਨਾਵਾਂ ਜੁੜ ਗਈਆਂ ਉਸ ਅੰਦੋਲਨ ਦੇ ਨਾਲ ਵੀ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਾ ਕਰਾਏ ਉਹਨਾਂ ਚਿਰ ਆਪਾਂ ਬਚ ਨਹੀਂ ਸਕਦੇ ਹਰ ਵਰਗ ਨੇ ਉਹਦੀ ਜਦੋਂ ਮਦਦ ਕੀਤੀ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤਾਕਤਵਰ ਜਿਹਨੂੰ ਆਪਾਂ ਕਹਿੰਦੇ ਸਾਂ ਉਹਨੂੰ ਪਿੱਛੇ ਮੁੜਨਾ ਪਿਆ ਪੈਰ ਪਿੱਛੇ ਖਿੱਚਣਾ ਪਿਆ ਅਤੇ ਖੀਰੀ ਵਾਲਾ ਮਸਲਾ ਵੀ ਕੁਛ ਇਹੋ ਜਿਹਾ ਅਜੇ ਤੱਕ ਉਹਦੇ ਉੱਤੇ ਇੱਦਾਂ ਦਾ ਮੋਰਚਾ ਨਹੀਂ ਲੱਗ ਸਕਿਆ ਇਹ ਗੱਲ ਤੁਹਾਡੀ ਠੀਕ ਆ ਅਜੇ ਤੱਕ ਉੱਤੇ ਮੋਰਚਾ ਨਹੀਂ ਲੱਗ ਸਕਿਆ ਚਰਚਾ ਉਹਦੇ 'ਤੇ ਅੱਜ ਹੋਈ ਹੈ ਵੀ ਉੱਥੇ ਇੱਕ ਵੱਡੇ ਪੱਧਰ 'ਤੇ ਉਹਨਾਂ ਦੀ ਜਿਹੜੀ ਬਰਸੀ ਹੈ ਉਹ ਵੱਡੇ ਪੱਧਰ 'ਤੇ ਉੱਥੇ ਮਨਾਈ ਜਾਵੇ ਕਿਸਾਨ ਜਥੇਬੰਦੀਆਂ ਦਾ ਤਾਂ ਇੱਕ ਪਾਸੇ ਏਜੰਡੇ ਦੇ ਕੰਮ ਕਰਨ ਦਾ ਜਿਹੜਾ ਕੰਮ ਚੱਲ ਹੀ ਰਿਹਾ ਕੌਮੀ ਪੱਧਰ ਤੱਕ ਜਥੇਬੰਦੀਆਂ ਇਕੱਠੀਆਂ ਹੋ ਕੇ ਸਿਰ ਜੋੜਦੀਆਂ ਅਤੇ ਕੋਈ ਨਾ ਕੋਈ ਹੱਲ ਨਿਕਲਦਾ ਹੀ ਆ ਪਰ ਗੱਲ ਰਹੀ ਪੰਜਾਬ ਸਰਕਾਰ ਦੀ ਪੰਚਾਇਤਾਂ ਵਾਲੇ ਮਸਲੇ 'ਤੇ ਦੇਖ ਲਓ ਕਿੰਨੇ ਯੂ-ਟਰਨ ਆਏ
उस तो बाद पंचायतों के फंड रोकना, फिर फंड जारी कर चिट्ठिया कढ़निया, फिर पटवारियों पंगा, सरकार के जोड़े पंगे है रोज के मसले, इनू किमें विचारते हो? ये भी सानू तो ऐ लगता जिवें सरकार ना जिवें उजड़े नहीं पै जांदे, आपां रस्ता नहीं लभदा कि जंगल च वड़ जाइए ते कोई राह दा ना पता होवे ते ओह कदी ऐ टुर गया 4 मील, कदी 4 मील ऐ टुर गया, इदां दा कम बणिया खड़ा। सरकार नू समझ नहीं लगती मैं करना की है। सरकार ने पहला शुरू दे विच कोआपरेटिव सोसायटियां दे डिफाल्टर किसान फड़ ले फिरोजपुर एरिए, तो मेरे ख्याल 4 किसान चुक ले हन। जदों रौला पै गया, सारिया ने रौला पाया चार छवेरू, तो सरकार को जदे पैर पिछा खिंचना पै गया। उस तो बाद इन्होंने एक रेहड़िया वाला जिहड़ा जगाड़ू सिस्टम आ उन्होंने लै लिया, जो उन्होंने इन्होंने लिया, उन्होंने रौला पाया तो वह भी पिछे खिंच लिया पैर, फिर दूजे टेंपो वाले चंबड़ गए भी ये साडा नुकसान हो रहा जी। मतलब वो उदों तो लैके हुण तक सरकार तकरीबन इहोजे फैसले करती है। हुण पंचायतां भंग करती, जदों पंचायतों का पता है इन्हों के भंग करके गलत काम हो जूगा, पहला क्यों नहीं विचारिया? गलती सरकार की, गाज अफसरां ते डिग पई, गाज अफसरां ते डिगी है ना, अफसरां ने नहीं भंग कीतियां, भंग सरकार ने कीतियां ने। जे सरकार ने क्या होगा तो अफसरां ने वो कोई जो भी रूल तैयार किया वो अफसरां ने इन्हां दे कहण ते कीता होगा, तो फिर बाद च होया कि वो गाज सारी उन्हां ते जा डिगी भी सस्पेंड कर दिओ। सुने होना बयान कहिंदे तकनीकी खामियां रह गईयां इस करके असी कीता फैसला बदल, जो चिट्ठी भी एक चल रही उत्ते, सारी चिट्ठी भी फिर रही है भी उत्ते सैन किहदे किहदे आ, है ना, किन्ने मोहरां लाईयां ने उत्ते, किन्ने सैन कीते, वो सारा बिल्कुल क्लीयर हो चुका है। उस तो बाद पटवारियों वाला आ गया हम पंगा, हुण जे पटवारियों वाला पंगा सी, मैं एक गल करदा इन्हां नूं पहले CM जिहड़े ने उन्हां दे खिलाफ बोलण दी बजाए उन्हां कोलों थोड़ी घणी जांच सिख लेनी चाहीदी। हमेशा मैं ना जे मैनू साइकिल नहीं ना चलाना आता तो माड़ा मोटा नाल जिहड़ा पहला चलांदा उन्हां कहा यार माड़ा जिहा फड़ के रखी, मैं चढ़ के हैंडल मार दिंदा। पहला वाले ने तो काम ही खराब किया, उन्हां तो की सीखांगे? बिल्कुल नहीं, जो उन्हां तो सीख लेंदे जे तो आ कभी इन्हां नूं यूटर्न मारन की लोड़ नहीं, बैक गेयर लाने की लोड़ नहीं सी पैनी। जिवें पटवारियों वाला मसला आ गया, असीं कहिंदे कि जो इन्हां ने किया सरकार करदी भी करी जावे ठीक है कि नहीं, पर बैक तो होना पिया ना, उत्थों पिछा हटना पिया, इक्को दम कहता भी चलो तुहानूं कलम नहीं देनी फिर नवियां नूं देंगे, हुण जां तां इक कम कर देण। मैं गल कहना भगवंत मान नूं जे कहिंदा मैं करना चाहुंदा जद कर दे फिर उन्हें जिहड़े सारिआं नूं आखण जाओ करो करी, एक रिकॉर्ड बन जूगा भी फिर जग 567 रुपये दिहाड़ी दे रहे आने जी। नवी वीडियो जारी हुई है मुख्यमंत्री साहब की, 747 की गिणती गिना रहे, कहते 538 होर भर्ती कर लेने, इस तरह की गिणती, कहते जे ट्रेनिंग चल रहे 15 महीने की ट्रेनिंग पूरी कर दें अं फील्ड तोर देने भज गया जी उन्होंने। मेरा ख्याल मैं तो कल परसों सुन रहा था किसी की, वो कहते उन्होंने 400 पता नहीं किन्ने खुद निकल नुकल गया, कुछ काफ़ी बंद उन्होंने जा रहे हैं, वो कहते हैं भी 167 रुपये सा बनता की है, ये तो सोचना चाहिए ना। हम पुराने जिम्मे पता लग रहा है कि 35,000 से रख ली, नवियां दे रहे हैं 5,000, 167 रुपया दिहाड़ी बनती है, 167 रुपये दिहाड़ी मेरा ख्याल को नहीं जाता कोई भी। किसान भी गए हो गोदावरिया तो भी फर्क पाया क्योंकि टाइम तो नहीं हो सकिया, कहते साडे कोल सर्कल बहुत है असीं किवें करिए समय से जा। यार पटवारियों की डिटेल तुम वेख ही रहे भी इन्ने सर्कल खाली ने जिते डबल काम कर रहे हैं, है ना, 3193 ने 7 + 3200, वो कहते हैं अं डबल काम कर रहे हैं, अज तो बाद अभी कलम छड़ती नवियां दे दो जे नवे लैके आने उन्होंने दो जाना। मैं तो उही गल कह रहा भी जहाँ तो मुख्यमंत्री साहब न चक देने चाहिए ने फटे लिया के ला दे नवे ने, कोई तो कोई तो इन्हों जस गाऊगा ना। गुरदौरिया वाली तो लोड़ भी नहीं सी हैगी, जिमें ऐतक हड़ है ना पानी आए ने जिन्होंने नुकसान किया जेडे एरिए होया जिते जिते भी होया उत्थे एड्डी लोड को नहीं कोई भी 100% हो गया, जो दो बार पटियाला एरिया पटियाले दे विच काफी नुकसान होया, उत्थे किन्ने किसानां नूं मिलिया मुआवजा? अजे तो मिले कोई नहीं जी किसी ने, अभी तो गल्लां बातां ही सारा हवा जी तुरिया फिरदा है। साडा पटियाला एरिया का साडा हल्का सनौर आ जिहड़ा घग्गर नाल लगता सारा एरिया, उहदे घग्गर मीरांपुर चोआ टांगरी नदी मारकंडा 5-6 पैंदे ने उत्थे, बहुत वड्डे पद्धर ते नुकसान होया, कई जगह 2-2 लगियां, कई जगह 3-3 वारां वी फसल जिहड़ी उह लग चुकी है, ते उत्थे गुरदौरी दी की लोड़ है? उत्थे तो मैं तो कई बार मान साहब की गल वीडियो जी चलती ही भी जे साडी सरकार दे विच किते कुदरती आफत आ जाती है तो असी कोई गुरदौरी नहीं, गुरदौरी ग्राउंड दियां बाद च होणगियां, जिवें केजरीवाल साहब की सरकार दिल्ली में 20,000 रुपया पाउंदी है पहले पा देंगे अपने घर चलाने वास्ते। मैं क्या कई दफा अज थोड़े चैनल के जरिए भी कहने भी वो 20,000 पा दौ गुरदौरी हो के बाद जो आऊगा कट लिया जे भावें कट भी लिया जे भावें बेशक पर पाओ तो सही ना यार 20,000 लोग तुहाडे मुँहले वेंदे पैण कख नहीं मिल रहा। 186 करोड़ रुपया उदन जी घटना वापरी उत्थे लौंगोवाल वाली उन्होंने ठंडिया करने वास्ते इन्होंने उदन पाए ने भी उन्होंने रोकया जाए माड़ा मोटा, सिर्फ इन्नी गल होर कख नहीं, वो तो ऊठ दे मुँह च जीरे वाली गल। मुर्गियां बकरियां दी गल हुंदी सी मुआवजे दी कोई नहीं करिए तो गल्लां भुल जांदियां ने जी, इन्नियां कोई गल्लां मान साहब ने करतियां ने जिहड़ियां कि बेथवियां ने।
ਮੁਰਗੀ ਦੇ ਦੇ ਦਿਆਂਗੇ, ਕੁੱਕੜੀਆਂ ਦੇ ਦੇ ਦਿਆਂਗੇ, ਬੱਕਰੀਆਂ ਦੇ ਦੇ ਦਿਆਂਗੇ। ਯਾਰ ਇਹ ਸੀ ਐਮ ਸਾਹਿਬ ਦੇ ਮੂੰਹੋਂ ਥੋੜ੍ਹਾ ਗੱਲਾਂ ਫੱਬਦੀਆਂ ਨਹੀਂ ਫੱਬਦੀਆਂ ਬਿਲਕੁਲ। ਸੀ ਐਮ ਉਹ ਗੱਲ ਕਰੇ ਜਿਹੜੀ ਟਣਾ ਟਨ ਹੋਵੇ, ਬਸ ਉਹ ਹੀ ਹੋਣੀ ਚਾਹੀਦੀ ਹੈ। ਇਹ ਫਾਲਤੂ ਗੱਲਾਂ ਨਹੀਂ ਹੋਣੀਆਂ, ਕਲਮ ਨਾਲ ਕਰਨਾ ਚਾਹੀਦਾ, ਬੋਲਣ ਦੇ ਨਾਲ ਨਹੀਂ ਮਸਲੇ ਹੱਲ ਹੁੰਦੇ, ਕਲਮ ਦੇ ਨਾਲ ਕਰੋ। ਜੋ ਹਰਾ ਪਿੰਨ ਇਹਨਾਂ ਦੇ ਹੱਥ 'ਚ ਹੀ ਹੈ ਜੇ, ਹਰਾ ਤਾਂ ਇਹ ਤਾਂ ਕਹਿੰਦੇ ਕੱਟ ਕੇ ਵਿਖਾਇਆ ਹੀ ਨਹੀਂ, ਉਹ ਤਾਂ ਕਰੋ ਉਹਨੂੰ ਬੰਦ ਹੀ ਕਰ ਛੱਡੀ ਟੋਪੀ ਉਹਦੀ ਹਰੇ ਪਿੰਨ ਵਾਲੀ, ਅਤੇ ਹਰਾ ਕਿਤੇ ਕੱਟ ਕੇ ਸੰਗਤ ਨੂੰ ਵਿਖਾਣੇ ਕਰਾ ਵੀ ਆਹ ਚੱਲਦਾ ਜੇ ਹਰਾ ਪਿੰਡ ਲੋਕ ਆਪੇ। ਟਾਈਸਨ ਸਾਡੇ ਨਾਲ, ਬੂਟਾ ਸਿੰਘ ਸ਼ਾਦੀਪੁਰ ਹੋਣੀ, ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ, ਵਿਚਾਰ ਰੱਖੇ ਨੇ ਕਿ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਦੇ ਬਾਰੇ ਕੀ ਸੋਚਦੇ ਨੇ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਪਣੇ ਫੈਸਲਿਆਂ ਨੂੰ ਲੈ ਕੇ ਕਿੰਨਾ ਕੁ ਢੁੱਕਵਾਂ ਪ੍ਰਬੰਧ ਕਰਦੀ ਹੈ, ਇਹਦੇ ਨਾਲ ਲੋਕ ਸੰਤੁਸ਼ਟ ਹੋਣ ਕਿ ਵਾਕਈ ਸਾਡੇ ਹੱਕ ਦੇ ਵਿੱਚ ਫੈਸਲੇ ਆਏ ਨੇ। ਇਸ ਮੁਲਾਕਾਤ 'ਚ ਇੰਨਾ ਹੀ, ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।